ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਨਾਮ ਸਿੰਘ ਜੀ ਅਕੀਦਾ ਕਿਦਾਂ ਸਰ? ਵੈਲਕਮ ਜੀ, ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਾਂ ਨੂੰ ਜੀ, ਧੰਨਵਾਦ, ਸ਼ੁਕਰੀਆ ਨਾਲ ਜੋੜਨ ਲਈ ਤੁਹਾਡੇ ਵਾਲੀ। ਗੁੱਡ ਮਾਰਨਿੰਗ ਜੀ। ਬਗਾ 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 ਹੋਈ ਪਈ ਹੈ। ਬੱਗਾ ਬੱਗਾ ਹੋਈ ਪਈ ਆ। ਦੇਖੋ ਜੀ, ਦੇਖੋ ਬੰਦਾ ਕੋਈ ਇਹ ਮਾੜਾ ਮੋਟਾ ਥੋੜਾ ਬੰਦਾ ਜੀ, ਇਹ ਬੜਾ ਵੱਡਾ ਬੰਦਾ ਜੀ। ਰਾਜੀਵ ਗਾਂਧੀ ਨੂੰ ਕਹਿੰਦਾ ਜੀ, ਇਹਨੇ ਕਿਹਾ ਸੀਗਾ ਜੀ, ਫਾਦਰ ਆਫ ਮੌਬ ਲਿੰਚਿੰਗ ਇਹਨੇ ਕਿਹਾ ਸੀਗਾ। 18 ਦੇ ਵਿੱਚ ਇਹਨੇ ਬੜੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਸੀ। ਕਹਿੰਦਾ ਰਾਜੀਵ ਗਾਂਧੀ ਤਾਂ ਮੌਬ ਲਿੰਚਿੰਗ ਦਾ ਬਾਪੂ ਹੈ। ਤੇ ਫਿਰ ਉਸ ਤੋਂ ਬਾਅਦ ਇਹਨੇ ਕਾਂਗਰਸ ਦੀ ਮੀਟਿੰਗ ਚੱਲ ਰਹੀ ਸੀਗੀ ਮਣੀ ਸ਼ੰਕਰ ਅਈਅਰ 2014 ਦੇ ਵਿੱਚ, ਇਸ ਬੰਦੇ ਨੇ PM ਮੋਦੀ ਦਾ ਇੱਕ ਬੜੇ ਹੀ ਪਿਆਰ ਪੂਰਵਕ ਕੋਈ ਗੱਲ ਸੀਗੀ, ਉਹਦਾ ਆਪਸ ਚ ਕੋਈ ਕਾਂਗਰਸ ਦੀ ਕੋਈ ਵਿਰੋਧਤਾ ਸੀਗੀ। ਤੇ ਇਸ ਬੰਦੇ ਨੇ ਕਾਂਗਰਸ ਦੀ ਮੀਟਿੰਗ ਦੇ ਬਾਹਰਲੇ ਪਾਸੇ ਚਾਹ ਵੇਚੀ ਸੀਗੀ, ਚਾਹ ਵੇਚਣ ਦੀ ਗੱਲ ਸੀਗੀ। ਫਿਰ ਉਸ ਤੋਂ ਬਾਅਦ ਗੱਲ ਹੋ ਗਈ ਜੀ, ਫਿਰ 2011 ਦੀ। 2011 ਵਿੱਚ ਫੱਕਰ ਨੇ ਕੀ ਕੀਤਾ, ਇਹਨੇ ਬੱਗਾ ਸਾਹਿਬ ਨੇ ਇਹਨੇ ਇੱਕ ਆਪਣੀ ਸੈਨਾ ਬਣਾਈ ਸੀਗੀ, ਭਗਤ ਸਿੰਘ ਕ੍ਰਾਂਤੀ ਸੈਨਾ ਜਿਹੜਾ ਪ੍ਰਧਾਨ ਹੈਗਾ ਇਸ ਨੇ, ਜਿਹੜਾ ਕਿ ਪ੍ਰਸਿੱਧ ਵਕੀਲ ਹੈਗੇ ਆ, ਟੀ ਮੰਨਾ ਦਾ ਸੀਗਾ ਉਹ, ਭੂਸ਼ਣ ਜਿਹਦਾ ਕਿ ਪ੍ਰਸ਼ਾਂਤ ਭੂਸ਼ਣ, ਇਹਦੇ ਚਿਬੜਾ ਮਾਰਿਆ ਸੀ, ਥੱਪੜ ਮਾਰਤਾ ਸੀਗਾ ਸਰੇਆਮ, ਕਾਫੀ ਰੌਲਾ ਪਿਆ ਸੀਗਾ। ਤੇ ਉਸ ਤੋਂ ਬਾਅਦ ਲੇਖਕ ਆਈ ਅਰੁੰਧਤੀ ਰਾਏ, ਉਸਨੂੰ ਉਸਨੇ ਕਿਹਾ ਸੀ ਦੇਸ਼ ਦੀ ਦੁਸ਼ਮਣਾ, ਸਮਾਜ ਸਮਾਜ ਦੁਸ਼ਮਣਾ, ਇਹ ਕਸ਼ਮੀਰੀ ਪੰਡਤਾਂ ਦੁਸ਼ਮਣਾ, ਇਹ ਸਰੇਆਮ ਸਟੇਜ ਤੇ ਖੜਕ ਕੇ ਉਹਨੇ ਬੜੇ ਵੱਡੇ ਪੱਧਰ ਤੇ ਨਲਕਾਰਿਆ ਸੀਗਾ ਕਿ ਇਹ ਹੈਗੀ ਆ ਇਹ ਜੀ। ਤੇ ਹੁਣ ਇਸਨੇ ਕੇਜਰੀਵਾਲ ਨੂੰ ਧਮਕੀ ਦਿੱਤੀ ਆ ਮਾਰਨ ਦੀ, ਕੇਜਰੀਵਾਲ ਦੇ ਘਰ ਘੇਰਿਆ ਨੇ। ਇਸ ਤੋਂ ਅਸਲ ਚ ਨਾ ਇਹ ਅੰਨਾ ਹਜ਼ਾਰੇ ਤੋਂ ਲੈ ਕੇ ਨਾ ਪਹਿਲਾਂ ਕੇਜਰੀਵਾਲ ਜੁੜਿਆ ਸੀਗਾ ਇਹ ਬੰਦਾ, ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਫਿਰ ਮੋਦੀ ਜੀ ਵੱਲ ਆਕਰਸ਼ਿਤ ਹੋ ਗਿਆ। ਤੇ 19 ਦੇ ਵਿੱਚ ਇਸਨੇ ਵਾਹਵਾ ਰੰਗ ਦਿਖਾਏ ਸੀਗੇ। ਤੇ ਹੁਣ ਵਾਹਵਾ ਅਸਲ ਚ ਨਾ ਇਹੋ ਜਿਹੇ ਵਿਵਾਦਿਤ ਬਿਆਨਾਂ ਦੇ ਵਿੱਚ ਰਹਿਣ ਦਾ ਆਦੀ ਆ। ਤੇ ਇਸ ਨੂੰ ਭਾਜਪਾ ਕਹਿੰਦੀ ਆ ਕਿ ਬੜਾ ਘੈਂਟ ਸਰਦਾਰ ਆ ਸਾਡਾ ਇਹ, ਇਸ ਨੂੰ ਤੁਸੀਂ ਇਦਾਂ ਕਿੱਦਾਂ ਗ੍ਰਿਫਤਾਰ ਕਰ ਸਕਦੇ, ਇਹੋ ਜਿਹੇ ਸਰਦਾਰ ਤਾਂ ਚਾਹੀਦੇ। ਇਸ ਬੰਦੇ ਦੇ ਖਿਲਾਫ਼ ਕੇਸ ਦਰਜ ਹੋ ਗਿਆ ਮੋਹਾਲੀ ਦੇ ਵਿੱਚ, ਮੋਹਾਲੀ ਚ ਕੇਸ ਦਰਜ ਹੋਇਆ। ਤੇ 5 ਵਾਰ ਨੋਟਿਸ ਭੇਜੇ ਪੰਜਾਬ ਪੁਲਿਸ ਨੇ ਇਹਨੂੰ, ਤੇ ਨੋਟਿਸ ਦਿੱਲੀ ਪੁਲਿਸ ਨੇ ਭੇਜੇ ਪੰਜਾਬ ਪੁਲਿਸ ਨੇ, ਇਹ ਦਿਖਾ ਨਹੀਂ ਰਿਹਾ ਮੀਡੀਆ ਕੋਈ। ਹੁਣ ਇਹਨਾਂ ਨੇ ਦੱਸਿਆ ਕਿ ਬਾਹਰਲੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਪੁਲਿਸ ਨੇ ਮੋਹਾਲੀ ਪੁਲਿਸ ਨੇ SSP ਗੱਲ ਸਾਹਮਣੇ ਨੋਟਿਸ ਭੇਜੇ ਆ। ਅਸੀਂ ਬਾਰ ਬਾਰ ਕਹਿੰਦੇ ਰਹੇ ਆ ਨੋਟਿਸ ਬੰਦੇ ਨੂੰ ਆਉਣਾ ਪੈਂਦਾ, ਤੇ ਆ ਕੇ ਬੰਦੇ ਨੂੰ ਆਪਣਾ ਪੱਖ ਰੱਖਣਾ ਪੈਂਦਾ, ਸਾਰੇ ਆਉਂਦੇ ਆ ਕਹਿੰਦੇ ਉਹ ਨਾ ਆਉਣ ਦਾ ਮਕਸਦ ਕੀ ਆ। ਜਦੋਂ 5 ਵਜੇ ਨੋਟਿਸ ਭੇਜ ਜਾ ਚੁੱਕੇ ਆ ਤਾਂ ਕਿਉਂ ਨੀ ਆਇਆ ਉਹ? ਉਸ ਤੋਂ ਬਾਅਦ ਫਿਰ ਪੁਲਿਸ ਨੂੰ, ਦਿੱਲੀ ਪੁਲਿਸ ਨੂੰ ਨੋਟਿਸ ਕੀਤਾ ਵੀ ਅਸੀਂ ਇਹਨੂੰ ਗ੍ਰਿਫਤਾਰ ਕਰਨ ਵਾਸਤੇ ਆ ਰਹੇ ਹਾਂ। ਦਿੱਲੀ ਪੁਲਿਸ ਸਾਡੇ ਨਾਲ ਉੱਥੇ ਆਈ ਨੀ, ਸਵੇਰੇ 6 ਵਜੇ ਅਸੀਂ ਪਹੁੰਚ ਰਹੇ ਹਾਂ, ਤੇ 6 ਵਜੇ ਜਾ ਕੇ ਉਹਦੇ ਨਾਲ ਬੜੀ ਵੀਡੀਓ ਬਣਾਈ ਆ, ਤੇ ਅੰਦਰ ਬੜੇ ਹੱਸ ਖੇਡ ਰਹੇ ਹਾਂ, ਤੇ ਸਿਰ ਤੇ ਪਰਨਾ ਬੰਨਿਆ ਹੋਇਆ ਬੱਕਾ ਜੀ ਦਾ, ਪੁਲਿਸ ਨਾਲ ਹੱਸ ਖੇਡ ਰਿਹਾ, ਕੋਈ ਦਿੱਕਤ ਨੀ, ਕੋਈ ਜ਼ਿਆਦਾ ਉਹਨੂੰ ਕੋਈ ਐ ਨੀ ਟੈਨਸ਼ਨ ਜਾਓ। ਤੇ ਜਦੋਂ ਲੈ ਕੇ ਗਏ ਆ, ਵੀਡੀਓਗ੍ਰਾਫੀ ਕੀਤੀ ਆ, ਤੇ 8 ਵਜੇ ਦੇ ਕਰੀਬ ਉਹਦੇ ਬਾਪੂ ਨੇ ਜਨਕਪੁਰ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਤੀ ਆ ਵੀ ਮੇਰੇ ਪੁੱਤ ਨੂੰ ਕੋਈ ਅਗਵਾ ਕਰ ਲੈ ਗਿਆ, ਪਤਾ ਨੀ ਕੌਣ ਹੈ। ਬਾਅਦ ਪਤਾ ਲੱਗਿਆ ਤਾਂ ਪੁਲਿਸ ਆਈ ਸੀਗੀ, ਤੇ ਫਿਰ ਉਹਨੇ ਸਾਰੇ ਲੁੱਕਆਊਟ ਨੋਟਿਸ ਜਾਰੀ ਕਰਤਾ ਸਾਰੇ ਪਾਸੇ ਜੀ, ਆਪਣਾ ਹਰਿਆਣਾ ਪੁਲਿਸ ਨੂੰ ਜੀ। ਫਿਰ ਉਹਨਾਂ ਨੇ ਖਾਨਪੁਰ ਕੋਹਲੀਆਂ ਪਿੰਡ ਆ, ਇੱਕ ਪਿਪਲੀ ਦੇ ਕੋਲ ਆ ਖਾਨਪੁਰ ਕੋਹਲੀਆਂ ਪਿੰਡ, ਉਹ ਆਇਆ ਚਾਵਲਾ ਸਾਹਿਬ ਜਿੱਥੇ ਦਾ ਰਣਜੀਤ ਸਿੰਘ ਹੋਇਆ, ਡੇਰੇ ਸਰਸੇ ਵਾਲਿਆਂ ਨੇ ਮਾਰਿਆ ਸੀ ਉਹਨੂੰ, ਸਜਾ ਹੋ ਚੁੱਕੀ ਨਾ ਬਾਬੇ ਨੂੰ, ਸਰਸੇ ਨੂੰ। ਤੇ ਉਹ ਖਾਨਪੁਰ ਕੋਹਲੀਆਂ ਪਿੰਡ ਉਹ ਬੰਦੇ ਦਾ ਰਣਜੀਤ ਸਿੰਘ ਦਾ, ਉਸ ਪਿੰਡ ਦੇ ਕੋਲੇ ਉਹਨਾਂ ਨੇ ਘੇਰ ਲਿਆ। ਤੇ ਘੇਰ ਕੇ ਤੇ ਫਿਰ ਪਹਿਲੀ ਗੱਲ ਤਾਂ ਪੁਲਿਸ ਦੇ ਖਿਲਾਫ਼ FIR ਦਰਜ ਕੀਤੀ ਉੱਥੇ ਦਿੱਲੀ ਦੇ ਵਿੱਚ, ਪੰਜਾਬ ਪੁਲਿਸ ਦੇ ਖਿਲਾਫ਼ ਦਰਜ ਕੀਤੀ, DSP ਵਰਗੇ ਬੰਦੇ ਤੇ ਅਧਿਕਾਰੀ ਉੱਥੇ। ਫਿਰ ਉਸ ਤੋਂ ਬਾਅਦ ਉਹਨੂੰ ਫੜ ਕੇ ਵਾਪਸ ਫਿਰ ਦਿੱਲੀ ਪੁਲਿਸ, ਦਿੱਲੀ ਦੇ ਹਵਾਲੇ ਕਰ ਦਿੱਤਾ ਗਿਆ ਬੱਗੇ ਨੂੰ। ਇਹ ਅੱਜ ਦਾ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ, ਅਜੇ ਵੀ ਪੰਜਾਬ ਪੁਲਿਸ ਉੱਥੇ ਹੀ ਆ। ਵਕੀਲ ਕਹਿੰਦਾ ਵੀ ਅਸੀਂ ਹਾਈਕੋਰਟ ਜਾਵਾਂਗੇ, ਸਾਡੇ ਕੋਲੇ ਉਹਦੇ ਖਿਲਾਫ਼ ਕੇਸ ਦਰਜ ਨੇ, ਉਹ ਬੰਦਾ ਬੋਲਿਆ ਹੋਇਆ IT ਐਕਟ ਤਹਿਤ ਸਾਈਬਰ ਕ੍ਰਾਈਮ ਦੇ ਵਿੱਚ ਉਹਦੇ ਖਿਲਾਫ਼ ਕੇਸ ਦਰਜ ਨੇ, ਤੇ ਉਹਦੀ ਪੜਤਾਲ ਲਾਜ਼ਮੀ ਆ। FIR ਜਦੋਂ ਹੁੰਦੀ ਆ ਉਹਦੀ ਪੜਤਾਲ ਕਰਨੀ ਹੁੰਦੀ ਆ, ਸੱਚਾ ਝੂਠਾ ਬੰਦਾ ਬਾਅਦ ਚ ਹੁੰਦਾ, ਸਹੀ ਆ ਗਲਤ ਆ ਬੰਦਾ ਬਾਅਦ ਸਾਲ, ਪਹਿਲਾਂ FIR ਕਰਨੀ ਹੁੰਦੀ ਆ, FIR ਤੇ ਜਾਂਚ ਹੁੰਦੀ ਆ, ਪੜਤਾਲ ਹੁੰਦੀ ਆ। ਤੇ ਉਹ ਅਸੀਂ ਪੜਤਾਲ ਕਰਨੀ ਸੀ, ਅਸੀਂ ਚੱਕਣਾ ਸੀ ਕੋਈ ਸਜ਼ਾ ਦੇਣੀ ਸੀਗੀ, ਤੇ ਉਹ ਵਕੀਲ ਨੇ ਕਾਫੀ ਸਖਤੀ ਨਾਲ ਕਿਹਾ ਵੀ ਅਸੀਂ ਹਾਈਕੋਰਟ ਜਾਵਾਂਗੇ, ਹਾਈਕੋਰਟ ਸੁਪਰੀਮ ਕੋਰਟ ਵੀ ਜਾਵਾਂਗੇ ਅਸੀਂ। ਦਿੱਲੀ ਪੁਲਿਸ ਉਸ ਦੇ BJP ਦੇ ਨਾਲ ਲੱਗ ਕੇ ਦਿੱਲੀ ਪੁਲਿਸ ਨੂੰ ਜਿਹੜੀ ਹੈਗੀ ਆ ਸ਼ੈਲਟਰ ਦੇ ਰਹੀ ਹੈ ਚਾਵਲਾ ਜੀ। ਔਰ SSP ਮੋਹਾਲੀ ਵਿਵੇਕ
शील जिहड़े ने सोनी साहब ने कहा कि असी नोटिस भेजे ने और इस नोटिस का उन्होंने कोई जवाब नहीं दिता तो फिर असी ये कार्रवाई पाई है कानून के तहत। तजिंदर बगा जो भाजपा का सिर कड तुसी क्या घेंट सरदार ने जी उन्होंने पंजाब पुलिस लैके आई तो छोटू राह दे विच हरियाणा पुलिस ने रोक लिया तो हुण हाई वोल्टेज ड्रामा जिहड़ा है वो आ रहा है कि ये मोहाली दे विच ही केस दर्ज हो सकता सीगा। केजरीवाल नूं धमकियां दित्तियां ते केजरीवाल सीएम है पंजाब ओ सॉरी पंजाब दा नहीं पंजाब दा तो भगवंत मान नहीं तुसी सच कहदा वैसे इहदे विच सच्चाई हैगी ओ नहीं 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 ਪੰਜਾਬ ਅਫੀਸ਼ੀਅਲੀ ਭਾਈ ਸੌਂ ਚੁੱਕੀ ਉਹਨੇ ਮੁੜ ਕੇ ਚਿੱਠੀ ਆ ਜੂਗੀ ਇੱਥੇ ਤੁਹਾਨੂੰ ਪਤਾ ਭਗਤਾਂ ਨੂੰ ਮਿਰਚਾਂ ਬੜੀਆਂ ਲੱਗਦੀਆਂ ਨੇ ਹਨਾ। ਸੋ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ ਤੇ ਦਿੱਲੀ ਵਿੱਚ ਕੋਈ ਮੁਕੱਦਮਾ ਦਰਜ ਨਹੀਂ ਧਮਕੀ ਤਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਆ ਕੇਜਰੀਵਾਲ ਖੁਦ ਦਿੱਲੀ ਦਾ ਮੁੱਖ ਮੰਤਰੀ ਜਾਵੇ ਥਾਣੇ ਦੇ ਵਿੱਚ ਕਿਵੇਂ ਨੂੰ ਧਮਕੀ ਦਿੱਤੀ ਹੈ ਉਹਦੀ ਘਰਵਾਲੀ ਜਾਵੇ ਉਹਦੀ ਧੀ ਜਾਵੇ ਹਾਂਜੀ ਨਿੱਕੀ ਨਿੱਕੀ ਗੱਲ ਤੇ ਤੇ ਚੱਡਾ ਇੱਥੇ ਆ ਕੇ ਦਿੱਲੀ ਦੇ ਭਗਵੰਤ ਮਾਨ ਦੇ ਨਾਲ ਬੈਠਾ ਹੁੰਦਾ ਵਾ ਉਹਨੂੰ ਉਹਨੂੰ ਦੁੱਧ ਵਾਲੀ ਬੋਤਲ ਲੈ ਕੇ ਵੀ ਪੁਖਤਾ ਸਬੂਤ ਨਹੀਂ ਕੋਲ ਹੈਗੇ ਪਰ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਉੱਥੇ ਦਿੱਲੀ ਪੁਲਿਸ ਦੇ ਥਾਣੇ ਵਿੱਚ ਰਿਪੋਰਟਾਂ ਦੇ ਚੁੱਕਿਆ ਇਹਦੇ ਬਾਰੇ ਜਿਹੜੇ ਖਿਲਾਫ ਮਤਲਬ ਇਨਕੁਆਰੀ ਨਹੀਂ ਹੋ ਰਹੀ ਚਲੋ ਖੈਰ ਐਨੀਵੇ ਕੋਈ ਕਾਰਵਾਈ ਹਾਥੀ ਕੇ ਪਾਉ ਮੈਂ ਸਭ ਤੋਂ ਜਿਹੜਾ ਨਾ ਜਿਹੜਾ ਸਾਈਬਰ ਕ੍ਰਾਈਮ ਹੁੰਦਾ ਨਾ ਚਲੋ ਤੁਹਾਨੂੰ ਤਾਂ ਪਤਾ ਤੁਸੀਂ ਜਾਣਿਓ ਸਾਈਬਰ ਕ੍ਰਾਈਮ ਦਾ ਜਿਹੜਾ ਕਿ ਸਾਈਬਰ ਦੇ ਵਿੱਚ ਸੋਸ਼ਲ ਮੀਡੀਆ 'ਚ ਕਾਰਵਾਈ ਕਰਦਾ ਮੈਂ ਤਾਂ ਉਹਦੇ ਖਿਲਾਫ ਭਾਰਤ ਵਿੱਚ ਕਿਤੇ ਵੀ ਕੀਤਾ ਨਹੀਂ ਸਕਦਾ। ਚਲੋ ਠੀਕ ਇਹ ਹੈਗਾ ਕਿਉਂਕਿ ਉਹਨੇ ਕਿਉਂਕਿ ਹਰ ਥਾਂ ਤੇ ਭਾਵਨਾ ਭੜਕੀ ਹੈ ਜੀ ਹਾਂ ਹੁਣ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਭਾਵਨਾ ਦਾ ਹਰ ਥਾਂ ਤੇ ਭੜਕੀ ਹੈ ਕੇਜਰੀਵਾਲ ਸਾਹਿਬ ਦੇ ਖਿਲਾਫ ਬਿਲਕੁਲ 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 ਕੰਗਣਾ ਰਣੌਤ ਦਾ ਹਰ ਥਾਂ ਤੇ ਮਾਮਲਾ ਦਰਜ। ਅਲਕਾ ਲਾਂਬਾ ਕਹਿੰਦੀ ਹੈ ਕਿ ਪੰਜਾਬ ਪੁਲਿਸ ਨੇ ਮੈਨੂੰ ਜੇਲ੍ਹ ਕਰਨਾ ਤੇ ਕਰ ਦੇਵੇ ਧੱਕਣਾ ਤੇ ਧੱਕ ਦੇਵੇ ਭਗਵੰਤ ਮਾਨ ਦੀ ਪੁਲਿਸ ਨੇ ਪਰ ਮੈਂ ਕੇਸ ਨਹੀਂ ਲੜਾਂਗੀ। ਅਲਕਾ ਲਾਂਬਾ ਵੀ ਸਿੱਧੀ ਹੋ ਗਈ ਹਾਂਜੀ 4 ਜੂਨ ਦੀ ਅਗਲੀ ਪੇਸ਼ੀ ਹੈ ਜੀ ਉਹਨਾਂ ਨੇ ਹਾਈਕੋਰਟ ਦੇ ਵਿੱਚ ਜਮਾਨਤ ਵਾਸਤੇ ਪਾਈ ਸੀ ਉਹ ਪਹਿਲਾਂ ਤਾਂ ਜਮਾਨਤ ਵਾਸਤੇ ਪਾ ਦਿੰਦੀ ਹੈ ਬੀਬੀ ਤੇ ਫਿਰ ਬਾਅਦ ਚ ਫਿਰ ਉਹ ਕਹਿੰਦੀ ਹੈ ਮੈਂ ਕੇਸ ਲੜਾਈ ਨਹੀਂ ਕੇਸ ਵਾਲੇ ਪਾਸੇ ਮੈਂ ਨਹੀਂ ਜਾਵਾਂਗੀ। ਲੰਬੀ ਪੇਸ਼ੀ ਪਈ ਹੈ ਨਾ ਜੀ 4 ਜੂਨ ਬੜੀ ਲੰਬੀ ਪੇਸ਼ੀ ਪੈ ਚੁੱਕੀ ਹੈ ਉਹਦੀ ਤੇ ਹੁਣ ਉਹ ਕਹਿੰਦੀ ਹੈ ਮੈਂ ਲੜਾਈ ਕਿ ਮੈਂ ਜਾਵਾਂਗੀ ਪੁਲਿਸ ਦੇ ਸਾਹਮਣੇ ਪੇਸ਼ ਹੋਵਾਂਗੀ ਜਾ ਕੇ ਨਾ। ਅਸਲ ਵਿੱਚ ਮੈਨੂੰ ਲੱਗਦਾ ਨਾ ਜੀ ਜਿਹੜਾ ਪੋਲੀਟੀਸ਼ੀਅਨ ਹੁੰਦੇ ਆ ਚਾਵਲਾ ਸਾਹਿਬ ਉਹ ਇਹੋ ਜਿਹੇ ਕੇਸਾਂ ਦੇ ਵਿੱਚ ਮੇਰੇ ਖਿਆਲ 'ਚ ਉਹ ਜ਼ਿਆਦਾ ਚਰਚਾ ਹੁੰਦੀ ਆ। ਤੇਜਿੰਦਰ ਬੱਗਾ ਨੂੰ ਮੈਂ ਨਹੀਂ ਜਾਣਦਾ ਸੀ ਬਹੁਤਾ ਮਾੜਾ ਮੋਟਾ ਕਿਤੇ ਪੜ੍ਹ ਲੈਂਦੇ ਸੀਗੇ ਅੱਜ ਤੇਜਿੰਦਰ ਬੱਗਾ ਦਾ ਅੰਤੇ ਨੀ ਕੋਈ ਹਰ ਇੱਕ ਵੈਬਸਾਈਟ ਹਰ ਇੱਕ ਟੀਵੀ ਚੈਨਲ ਦਾ ਭਰਿਆ ਪਿਆ ਜੀ ਬੱਗਾ ਬੱਗਾ ਹੋਇਆ ਬੱਗਾ ਬਣਾਉਂਦਾ ਹੀਰੋ ਇਹਨਾਂ ਦੇ ਨਾਲ। ਉਹਦੇ ਨਾਲ ਕੀ ਹੋਈ ਹੈ ਕਿ ਲਾਂਘਾ ਜਿਹੜਾ ਹਰਿਆਣਾ ਦਾ ਸੀਗਾ ਜੇ ਉੱਥੇ ਹੋਰ ਸਰਕਾਰ ਹੁੰਦੀ ਤਾਂ ਚੁੱਪ ਚੁਪੀਤੇ ਬੱਗਾ ਜਿਹੜਾ ਸੀਗਾ ਉਹ ਪੰਜਾਬ ਆ ਜਾਣਾ ਸੀ ਜੇ ਭਾਜਪਾ ਜੇ ਉੱਥੇ ਨਾ ਹੁੰਦੀ ਕਾਂਗਰਸ ਵੀ ਹੁੰਦੀ ਤਾਂ ਵੀ ਆ ਜਾਣਾ ਸੀਗਾ ਕਿਉਂਕਿ ਭਾਜਪਾ ਦਾ ਵਰਕਰ ਹੈ ਅਤੇ ਫਿਰ ਜੋ ਤਰੀਕਾ ਪੈਣੀ ਸੀ ਦੈਟਸ ਅ ਡਿਫਰੈਂਟ ਸਟੋਰੀ ਪਰੰਤੂ ਰਾਹ ਦੇ ਵਿੱਚ ਬਾਪੂ ਦੀ ਸਰਕਾਰ ਸੀਗੀ ਹਾਂਜੀ ਅਤੇ ਬਾਪੂ ਨੇ ਫੁੜ ਧੀਆਂ ਪੁੱਤਾਂ ਨੂੰ ਇੱਦਾਂ ਜਾਣ ਦੇਣਾ ਇਹ ਪੰਜਾਬ ਪੁਲਿਸ ਗਿੱਜੀ ਆ ਸਿੱਖ ਨੌਜਵਾਨਾਂ ਨੂੰ ਫੜ ਕੇ ਹਾਂਜੀ ਉਹਨਾਂ ਦੇ ਚੱਡੇ ਪਾੜ ਕੇ ਅਤੇ ਲੂਣ ਦੇਣ ਵਾਸਤੇ ਇਹਦੇ 'ਤੇ ਕਈ ਬੁੱਚੜ ਜਿਹੜੇ ਇੱਥੇ ਰਿਟਾਇਰਮੈਂਟ ਹੋ ਕੇ ਸਾਨੂੰ ਸੁਣਦੇ ਹੋਣਗੇ ਉਹ ਲਾਂਤੀ ਉਹ ਆਹ ਦੇਖ ਲਓ ਅਗਲਿਆਂ ਨੇ ਆਪਣਿਆਂ ਨੂੰ ਛੁਡਾ ਕੇ ਅਤੇ ਐਨ ਸੁਖੀ ਸੁਖੀ ਘਰ ਵੀ ਭੇਜ ਦਿੱਤਾ ਇਹਨੂੰ ਕਹਿੰਦੇ ਆ ਯੋਰਾਵਰਾਂ ਦਾ ਸੱਤੀ ਵੀ ਸੌ ਤੁਹਾਡੇ ਲੱਗਾ ਮੂੰਹ ਨੂੰ ਖੂਨ ਤੁਸੀਂ ਜਾ ਕੇ ਬਾਕੀ ਪੰਜਾਬ ਦੇ ਵੱਖ ਵੱਖ ਪੰਜਾਬ ਪੁਲਿਸ ਜਾ ਕੇ ਸੂਬਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕ ਕੇ ਲੈ ਕੇ ਅਤੇ ਉਹਨਾਂ ਦਾ ਤਸ਼ੱਦਦ ਢਾਉਂਦੀ ਰਹੀ ਹੈ ਇਹ ਖੂਨ ਆ ਜਿਹੜਾ ਸਿੱਧਾ ਹੋ ਗਿਆ ਹੁਣ ਦੇਖੋਗੇ ਇਸ ਤਰ੍ਹਾਂ ਪੰਜਾਬ ਪੁਲਿਸ ਕਰਦੀ ਹੈ ਜਾ ਕੇ ਉੱਥੋਂ ਫੜ ਕੇ ਲਿਆਉਂਦੀ ਪਰ ਅਗਲਿਆਂ ਚੱਲਦੀ ਸੀ ਵਾਹ ਅਗਲੇ ਛੁਡਾ ਕੇ ਲੈ ਗਏ ਇਹ ਕੋਈ ਪੰਜਾਬ ਦਾ ਸਿੱਖ ਨੌਜਵਾਨ ਥੋੜ੍ਹੀ ਸੀ ਵੀ ਜਿਹਦੇ ਜਾ ਕੇ ਤੁਸੀਂ ਚੱਡੇ ਪਾੜ ਕੇ ਅਤੇ ਲੂਣ ਪਾ ਕੇ ਅਤੇ ਮੁੜ ਕੇ ਆਪਣਾ ਉਸੇ ਲੂਣ ਵਾਲਾ ਜਿਹੜਾ ਕੜੇ ਵਾਲਾ ਹੱਥ ਗੁਰੂ ਗੋਬਿੰਦ ਸਿੰਘ ਦਿੱਤਾ ਸੀ ਕਿ ਮਾੜਾ ਕੰਮ ਨਹੀਂ ਕਰਨਾ ਮੁੜ ਕੇ ਐਂ ਕਰਦੇ ਰਹੇ ਕੜਿਆਂ ਵਾਲੇ ਸਰਦਾਰ ਹਾਂਜੀ ਕਰਦੇ ਰਹੇ ਕਿ ਨਹੀਂ ਕਰਦੇ ਰਹੇ ਦੱਸੋ ਮੈਨੂੰ ਹਾਂਜੀ ਇੱਕ ਬਾਪ ਦੇ ਸਾਹਮਣੇ ਧੀ ਨੂੰ ਨੰਗੀਆਂ ਕਰ ਦੇਣਾ ਅਤੇ ਧੀ ਦੇ ਸਾਹਮਣੇ ਬਾਪ ਨੂੰ ਨੰਗੀਆਂ ਕਰ ਦੇਣਾ ਅਤੇ ਗੰਦ ਮੂੰਹ 'ਤੇ ਮਲ ਦੇਣਾ ਪੰਜਾਬ ਪੁਲਿਸ ਦੇ ਮੱਥੇ 'ਤੇ ਕਲੰਕ ਆ। ਮੈਂ ਨਹੀਂ ਕਹਿੰਦਾ ਅਖਬਾਰਾਂ ਬੋਲਦੀਆਂ ਸੋਸ਼ਲ ਨੈਟਵਰਕ ਮੀਡੀਆ ਬੋਲਦਾ ਪਿਆ ਦੇਖੋ ਜਾ ਕੇ ਪੜ੍ਹ ਲਓ ਸੁਣ ਲਓ ਉਸ ਟਾਈਮ ਦਾ ਬਹੁਤ ਜ਼ੁਲਮ ਸੀ ਉਹ ਤਾਂ ਜ਼ਾਲਮ ਉਹਦਾ ਜ਼ਾਲਮ ਲੋਕ ਸੀ ਨਹੀਂ ਪਤਾ ਨਹੀਂ ਕਿੱਥੋਂ ਆਏ ਸੀ ਉਹ ਕਿਹੜੀ ਦੁਨੀਆਂ 'ਚੋਂ ਆ ਕੇ ਪਾਏ ਜੀ ਰਸਤੇ ਦੇ ਵਿੱਚ ਕਾਤਲ ਸੀ ਲੋਕ ਪੰਜਾਬ ਪੁਲਿਸ ਦਾ ਡੀਐਸਪੀ ਪੰਜਾਬ ਪੁਲਿਸ ਦਾ ਡੀਐਸਪੀ ਕਹਿੰਦੇ ਅਜੇ ਵੀ ਉੱਥੇ ਬੈਠਾ ਹੋਇਆ ਅਗਲਾ ਫੋਟੋ ਖਿੱਚ ਕੇ ਤੇ ਪਾ ਦਿੱਤੀ ਹੈ ਸੋਸ਼ਲ ਨੈਟਵਰਕ ਮੀਡੀਆ ਦੇ ਹੈ। ਇੱਕ ਹੋਰ ਬੜਾ ਖਬਰ ਜਿਹੜੀ ਅੱਜ ਕਾਫੀ ਹੈ ਜਿਹੜੀ ਹੈ ਵਰਲਡ ਜਿਹੜੀ ਹੈਲਥ ਔਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਉਹ ਖਬਰ ਹੈ ਕਿ 47 ਲੱਖ ਤੋਂ ਉੱਤੇ ਲੋਕ ਭਾਰਤ ਵਿੱਚ ਮਰੇ ਨੇ ਪਰੰਤੂ ਭਾਰਤ ਸਰਕਾਰ ਇਸ ਨੂੰ ਚੈਲੇਂਜ ਕਰ ਰਹੀ ਹੈ ਕਿ ਜਿਹੜਾ ਹੈ ਆਪਣਾ ਰਾਹੁਲ ਗਾਂਧੀ ਨੇ ਜਿਹੜਾ ਹੈ ਨਰਿੰਦਰ ਮੋਦੀ ਸਾਹਿਬ ਨੂੰ ਆੜੇ ਹੱਥੀ ਲੈ ਕੇ ਝੂਠਾ ਕਰਾਰ ਦਿੱਤਾ ਹੈ ਕਿ 4.7 ਅਤੇ ਉੱਥੇ 47 ਲੱਖ ਦੇ ਵਿਚਕਾਰ ਇਹਨਾਂ ਨੇ ਕਿਤੇ ਆਪ ਬਿੰਦੀ ਲੱਗ ਗਈ ਜਾਂ ਫਿਰ ਇਹ ਵਾਕਿਆ ਹੀ 47 ਲੱਖ ਸੀਗਾ। ਹਾਂਜੀ
चलो सर ये पहला रिपोर्ट आ चुकी है, वैसे ये पहला इसके नाल भी पहला रिपोर्ट आ चुकी है, दोबारा फिर आई रिपोर्ट है। पहला भी तकरीबन 40-42 लाख बंदे मरण की गल आ चुकी है, बंदे उस टाइम ना जिहड़े कोरोना दे नाल बहुत ज्यादा मौतां होईयां। ते पहला भी भाजपा काफी घिरी सीगी, काफी उन्हें मतलब के भी काफी घिरी सी, पर भाजपा इसका जवाब दे सकदी कोई, चुप्पे करके सीगे, मतलब कि मीडिया सामने गल ही नहीं कीती सी, साहब मीडिया भी चुप कर गया सीगा, क्योंकि पीटीआई दा रहना भी अपना ते सारा कुछ सिस्टम चुप कर गया सीगा। हुण सवाल तां इह उठदा ना जी, अपना जिहड़ा कि खानी 32 हज़ार करोड़ रुपया जिहड़ा सीगा रख्या सरकार ने किथे गया, ते हुण इन्ने बंदे मर चुके ने, ते उहनां दा किते संस्कार होया, किते दब दिते गए, किते कुछ किया गया, काफी वड्डे पद्धर ते मौत हो जाने। 47 लाख का हुण नवा अंकड़ा आया है, ते इहदा दित्ता वैसे तो चावला साहब ये चर्चा है वड्डी कि जो अपना मोदी साहब इहनूं टालणगे, बीजेपी टालेगी, पर मेरे ख्याल च जांच की मंग तो करता ना जी, देख WHO कह रही है जी, वह कहिंदे चैलेंज करांगे जी सानूं उहनां दा काम करन दा तरीका, जिहड़ा उहनां दा डाटा इकट्ठा करन दा तरीका है उहदे उत्ते शक है, साडे भारत विच इन्ने बंदियां दी मौत कोरोना दे नाल नहीं हुई, इह चैलेंज कर रही है भारत सरकार। अगला भाजपा आगू अश्विनी शर्मा ने कहा है कि पंजाब सरकार अपने आका, लो जी हुण मैं नहीं कहिंदा इह आका, केजरीवाल नूं खुश कर रही है, गैर कानूनी काम, क्या बात। अश्विनी शर्मा तो बड़े कड़ाके नाल बोले ने जी, अज्ज उह कहिंदे जी तां असल जिहड़ा लैके आए नहीं साडा तेजिंदर सिंह बग्गा, साडा शेर सिंह है, उह ते उस बंदे ने कोई गलती नहीं कीती, कोई प्रॉब्लम नहीं खड़ी कीती, उहदे खिलाफ जबरदस्ती केस करके केजरीवाल साहब नूं पंजाब सरकार जिहड़ा आका कहा उहने उहनूं खुश कर रही है, वी अपने आका लफ़्ज़ बड़ा सोहणा वरत्या वैसे। हां बिल्कुल जी बिल्कुल, उहनूं खुश कर रही है, ਤੇ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਨਾ ਸਾਨੂੰ ਵੱਡੇ ਪੱਧਰ ਤੇ ਪ੍ਰਸ਼ਨ ਕਰਨ ਦੀ ਲੋੜ ਪੈ ਜਾਣੀ ਆ, ਇਸ ਕਰਾਂਗੇ ਜੀ। ਕੱਲ ਇੱਕ ਵੀਰ ਨੇ ਸਾਨੂੰ ਕਿਹਾ ਸੀ ਲਾੜਾ ਨਾ ਕਿਹਾ ਕਰੋ, ਆਕਾ ਕਹਿ ਲਿਆ ਕਰੀ, ਬਾਈ ਜੀ ਕਰਿਓ ਜਰਾ ਫੋਨ। ਆਕਾ ਲਾੜਾ ਤਾਂ ਬੜਾ ਪਿਆਰਾ ਸ਼ਬਦ ਹੈ ਚਾਵਲਾ ਸਾਹਿਬ, ਬਹੁਤ ਹੀ ਪਿਆਰਾ ਸ਼ਬਦ ਹੈ, ਲਾੜੇ ਦੀ ਗੱਲ ਹੀ ਹੁੰਦੀ ਹੈ ਨਾ ਜੀ, ਗੱਲ ਹੀ ਹੁੰਦੀ ਹੈ ਨਾ ਵੀ, ਮੈਂ ਕਹਿੰਦਾ ਕਿ ਹਰ ਬੰਦੇ ਦੇ ਵਿਚਾਰ ਪੋਜ਼ਿਟਿਵ ਨੇ, ਤੇ ਆ ਕੇ ਫਿਰ ਆਪਣੀ ਆਪਣੀ ਤੇ ਗੱਲ ਕਹਿਣੀ ਹੁੰਦੀ ਨਾ, ਕਿਤੇ ਲਾਲਾ ਲਫ਼ਜ਼ ਉਹ ਸਮਝਦੇ ਕਿ ਇਹ ਇੱਕ 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 ਤਬਕੇ ਨਾਲ ਜੁੜਿਆ ਹੋਇਆ, ਇਹ ਧਨਾੜ ਸੋਚ ਨੂੰ ਕਹਿੰਦੇ ਜਿਹੜਾ ਦੁਕਾਨਦਾਰ ਆ, ਲਾੜਾ ਜੀ ਕੀ ਹਾਲ ਚਾਲ ਆ, ਉਹ ਸਰਦਾਰ ਨੂੰ ਵੀ ਕਹਿ ਕੇ ਨਿਕਲ ਜਾਂਦੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ DGP ਹਰ ਗੱਲ ਨਾ ਮੰਨੇ ਭਗਵੰਤ ਮਾਨ ਦੀ, ਕਾਕਾ ਜੀ ਸੌਂਦੇ ਰਾਤ ਨੂੰ ਕਿ ਨਹੀਂ? DGP ਨੂੰ ਉਹਨੇ ਬੜਾ ਕਮਾਲ ਦੀ ਦਿੱਤੀ ਹੈ ਰਾਏ ਕਿ ਤੁਸੀਂ ਹਰ ਗੱਲ ਮੰਨੀ ਜਾਂਦੇ ਭਗਵੰਤ ਮਾਨ ਦੀ, ਤੇ ਤੁਸੀਂ ਤੁਹਾਡਾ ਮਤਲਬ ਕਿ ਵੀ ਹੁਣ ਉਸਨੇ ਕਹਿਤਾ ਭਗਵੰਤ ਮਾਨ ਨੇ ਤੁਹਾਨੂੰ ਕਹਿਤਾ ਵੀ ਕੇਸ ਦਰਜ ਕਰ ਦੋ, ਤੇ DGP ਸਾਹਿਬ ਕੇਸ ਦਰਜ ਕਰੀ ਜਾਂਦੇ ਆ। ਹੁਣ ਸੁਖਬੀਰ ਬਾਦਲ ਨੂੰ ਕੌਣ ਆਖੀਏ ਭਰਾਵਾ, ਜਦੋਂ ਤੁਸੀਂ ਇੱਥੇ ਉਪ ਮੁੱਖ ਮੰਤਰੀ ਸੀ, ਗ੍ਰਹਿ ਮੰਤਰੀ ਸੀਗੇ, ਤੇ ਤੁਸੀਂ ਤਾਂ ਪੁਲਿਸ ਦੀ ਅਣਸਿੱਤੀ ਬਣਾਤੀ ਸੀਗੀ ਇੱਥੇ ਪਹਿਲ ਕਰਾਂ ਦੇ ਮਾਮਲੇ ਵਿੱਚ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਅਣਪਛਾਤਾ ਕਿਸਾਨ ਤੇ ਉਹ ਵਿਚਾਰਾ ਡਰਾਈਵਰ ਜਿਹੜਾ ਹੈ ਉਹਨੇ ਕਿਹਾ ਹੋਣਾ ਵੀ ਥੋੜਾ ਜਿਹਾ ਹੋਣਾ ਵਾ, ਚਲੋ ਮੈਂ ਆਪਣੇ ਟਾਈਮ ਤੇ ਪਹੁੰਚ ਜਾਵਾਂ ਤੇ ਮੈਂ ਸ਼ਾਇਦ ਕ੍ਰੋਸ ਕਰ ਲਵਾਂ ਇਹ ਧੂਏ ਨੂੰ, ਹਾਂਜੀ, ਤੇ ਉਹਤੇ ਕੇਸ ਦਰਜ ਹੋ ਗਿਆ। ਪਰ ਚਲੋ ਉਹਦੀ ਗਲਤੀ ਸੀ, ਉਹਨੂੰ ਰੋਕਣਾ ਚਾਹੀਦਾ ਸੀ, ਹਨਾ ਨਹੀਂ ਉਹ ਆਪਣਾ ਉੱਥੇ ਗਲਤੀ, ਚਲੋ ਠੀਕ ਹੈ ਚਾਵਲਾ ਸਾਹਿਬ, ਜਿਹੜਾ ਆਪਣੇ ਆਪਾਂ ਚਰਚਾ ਕੀਤੀ ਸੀਗੀ ਆਪਣਾ ਰਾਤੀ ਵੀ ਉਹ ਸਰਵਣ ਸਿੰਘ ਭਨੇੜ ਕਹਿੰਦੇ ਆ ਵੀ ਸਾੜਾਂਗੇ ਅਸੀਂ, ਸਾੜਾਂਗੇ ਜੇ ਤੁਸੀਂ ਸਾੜਨ ਤੋਂ ਰੋਕਣਾ ਤਾਂ ਫਿਰ ਸਾਨੂੰ ਦਿਓ ਮੁਆਵਜ਼ਾ ਦੇ ਸਾਨੂੰ। ਚਲੋ ਆਮ ਆਦਮੀ ਪਾਰਟੀ ਵੀ ਸੁਣਵਾਉਂਦੀ ਰਹੀ ਹੈ ਨਾ, ਜਦੋਂ ਚੋਣਾਂ ਦੇ ਵਿੱਚ ਨਾ ਅਪੋਜੀਸ਼ਨ ਦੇ ਵਿੱਚ ਵੀ ਅਸੀਂ ਲਾਓ ਅੱਗ, ਅਸੀਂ ਵੇਖਦੇ ਤੁਹਾਨੂੰ ਕਿਹੜਾ ਫੜਦਾ, ਭਈ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਰਦਾਸ ਕਰਨੀ ਕਰਨੀ ਹੈ ਪਰ ਮੰਨਣਾ ਨਹੀਂ ਦੋਹਰੇ ਨੂੰ, ਫਿਰ ਉਹ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ। ਸੁਖਬੀਰ ਬਾਦਲ ਦੇ ਕੱਲ੍ਹ ਵੀ ਤਿੱਖੇ ਤੇਵਰ, ਹਾਂਜੀ, ਗਵਰਨਰ ਨੂੰ ਮਿਲੇ, ਉਸ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ, ਕੱਲ੍ਹ ਨਵਜੋਤ ਸਿੱਧੂ ਨੇ ਘੇਰਿਆ, ਇੱਕੋ ਹੀ ਕੰਮ ਰਹਿ ਗਿਆ, ਮੈਨੂੰ ਲੱਗਦਾ ਇਹਨਾਂ ਨੂੰ ਨੀਂਦ ਹੀ ਨਹੀਂ ਆ ਰਹੀ। ਉਹੀ ਗੱਲ ਨਾ, ਕਹਿੰਦੇ ਕੁਰਸੀ ਮੇਚਦਾ, ਕਹਿੰਦੇ ਸੰਬੰਧ ਗੂੜਾ ਅਤੇ ਪੂਜੀ ਮੇਜ ਨਾਲੋਂ ਜ਼ਿਆਦਾ ਜਾਏ ਕੁਰਸੀ, ਕੁਰਸੀਓਂ ਲੱਥੇ ਕਿਸੇ ਵਜ਼ੀਰ ਤਾਂ ਹੀ ਪੁੱਛੋ ਕੀ ਹਾਲ ਆ ਭਾਊ, ਹਾਏ 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 ਹਾਏ, ਕੁਰਸੀ 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 ਖੁੱਸ ਗਈ ਹੈ ਸਾਰਿਆਂ ਦੇ ਕੋਲੋਂ। ਭਗਵੰਤ ਮਾਨ ਮਾੜਾ ਚੰਗਾ ਜੋ ਮਰਜ਼ੀ ਹੈ ਆਪਣੇ ਆਕਾ ਦੀ ਸ਼ਹਿ 'ਤੇ ਕਰੀ ਜਾ ਰਿਹਾ, ਕਰਵਾਈ ਜਾ ਰਿਹਾ ਹੈ, ਪਰੰਤੂ ਇਹਨਾਂ ਨੇਤਾਵਾਂ ਦੀ ਕੁਰਸੀ ਖੁਸੀ ਹੋਈ ਹੈ, ਹੁਣ ਇਹਨਾਂ ਨੂੰ ਕੋਈ ਨਾ ਕੋਈ ਆਨੇ ਬਹਾਨੇ ਜਿਹੜਾ ਹੈ ਉਹ ਸੌਂਕਣਾਡਾ ਲਾਉਣ ਦਾ ਮੌਕਾ ਲੱਭਦੇ ਰਹਿੰਦੇ ਆ। ਕੀ ਕਹਿਣਾ ਚਾਹੋਗੇ? ਅਮਰਿੰਦਰ ਨੇ ਕੀਤੀ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ।
ਕਿਹਾ ਉਹਨੇ ਪੰਜਾਬ ਪੁਲਿਸ ਜਿਹੜੀ ਹੈਗੀ ਆ ਜੀ ਉਹ ਜਿਹੜਾ ਗ੍ਰਿਫਤਾਰ ਕੀਤਾ ਉਹ ਸਖ਼ਤ ਕੰਮ ਕੀਤਾ ਉਹਨਾਂ ਪੰਜਾਬ ਪੁਲਿਸ ਨੂੰ ਵੀ ਕਿਹਾ ਉਹਨੇ ਕਿ ਕਿਸੇ ਬਾਹਰੀ ਵਿਅਕਤੀ ਦੇ ਤਾਨਾ ਸ਼ਾਹੀ ਹੁਕਮ ਅੱਗੇ ਨਾ ਝੁਕਣ। ਯਾਦ ਰੱਖੋ ਅਰਵਿੰਦ ਕੇਜਰੀਵਾਲ ਤੁਹਾਡਾ ਮੁੱਖ ਮੰਤਰੀ ਨਹੀਂ ਹੈ, ਤੁਸੀਂ ਉਸਦੇ ਚਿੱਤ ਪਰਚਾਉਣ ਲਈ ਨਹੀਂ ਹੋ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਇਨਵਾਈਟਡ ਕੌਮਾਂ ਵਿੱਚ ਆਖੀ ਹੈ। ਚਾਵਲਾ ਸਾਹਿਬ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਆ, ਪਹਿਲਾਂ ਵਿਗੜ ਰਹੀ ਆ, ਤੁਸੀਂ ਆਪਣੀਆਂ ਜਿਹੜੀਆਂ ਨਿੱਜੀ ਕਿਲਾ ਕੱਢਣ ਵਾਸਤੇ ਪੁਲਿਸ ਨੂੰ ਵਰਤ ਰਹੇ ਹੋ। ਤੇ ਉਹਨਾਂ ਨੇ ਪਹਿਲਾਂ ਕਿਹਾ ਵੀ ਕੁਮਾਰ ਵਿਸ਼ਵਾਸ ਨੂੰ ਤੁਸੀਂ ਕੀਤਾ, ਅਲਕਾ ਲਾਂਬਾ ਨੂੰ ਕੀਤਾ ਤੁਸੀਂ, ਅਲਕਾ ਲਾਂਬਾ ਨਾਂ ਉਹਨੇ ਘੱਟ ਲਿਆ, ਹੌਲੀ ਜਿਹੇ ਲਿਆ, ਪਰ ਕੁਮਾਰ ਵਿਸ਼ਵਾਸ ਦਾ ਨਾਮ ਵੱਡੇ ਪੱਧਰ ਤੇ ਲਿਆ ਉਹਨੇ। ਤੇ ਕਿਉਂਕਿ ਕੁਮਾਰ ਵਿਸ਼ਵਾਸ ਦਾ ਮੇਰੇ ਖਿਆਲ ਨਾਲ ਸਾਡਾ ਬੀਜੇਪੀ ਨੇ ਕਾਫ਼ੀ ਮਿਲਦਾ ਹੈਗਾ। ਤੇ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਨਿਖੇਧੀ ਕੀਤੀ ਹੈ ਚਾਵੜਾ ਸਾਹਿਬ, ਤੁਸੀਂ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋ ਅਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਹੈ, ਕੇਜਰੀਵਾਲ ਨੇ ਨਹੀਂ। ਇਹ ਗੱਲ ਉਹਨੇ ਹੰਕਾਰ ਮਾਰੀ ਆ ਭਗਵੰਤ ਮਾਨ ਸਾਹਿਬ ਵਾਲੇ ਜਾਓ ਸਾਹਿਬ ਕੀਦਾ ਸਾਹਿਬ। ਅਗਲਾ ਮੇਰਾ ਕੁਐਸਚਨ ਹੈ ਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਦਿੱਲੀ ਦਫ਼ਤਰ ਦੇ ਬਾਹਰ ਇੱਕ ਵੱਡਾ ਪ੍ਰਦਰਸ਼ਨ ਹੋਇਆ, ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਗਏ ਨੇ। ਪੁਲਿਸ ਆ ਗਈ ਆ, ਪੁਲਿਸ ਨੇ ਜਦੋਂ ਬੈਰੀਕੇਡ ਲਾਏ, ਬੈਰੀਕੇਡ ਤੋੜ ਕੇ ਵੀ ਉਹ ਅੱਗੇ ਬੀਜੇਪੀ ਵਾਲੇ ਜਿਹੜੇ ਅੱਗੇ ਵੱਜੇ ਬਹੁਤ ਹੁੱਲੜਬਾਜ਼ੀ ਨਾਲ, ਬਹੁਤ ਹੀ ਖਤਰਨਾਕ ਤਰੀਕੇ ਨਾਲ। ਜੇ ਤੁਸੀਂ ਦੇਖੇ ਵੀਡੀਓ ਤਾਂ ਲੱਗਦਾ ਇੰਜ ਵੀ ਪੁਲਿਸ ਪਾਸ ਤਾਂ ਉੱਥੇ ਨਾਂ ਦੀ ਉਹ ਅਮੁਖ ਦਰਸ਼ਕੀ ਹੈ ਤੇ ਵੱਡੇ ਪੱਧਰ ਤੇ ਇਸ ਤਰੀਕੇ ਨਾਲ। ਅਸਲ ਵਿੱਚ ਜਿਹੜੀਆਂ ਕੇਜਰੀਵਾਲ ਸਾਹਿਬ ਦੇ ਘਰ ਉੱਤੇ ਹਮਲਾ ਕੀਤਾ ਸੀ ਉਦੋਂ ਵੀ ਕੇਂਦਰ ਪਕਾਈ ਸੀ ਨਾ ਵਿੱਚ, ਮੌਕੇ ਤੇ ਵਿੱਚ ਸੀ ਨਾ ਜਿਹੜਾ ਕੇਜਰੀਵਾਲ ਘਰ ਦੇ ਉੱਪਰ ਹਮਲਾ ਹੋਇਆ ਸੀਗਾ, ਉੱਥੇ ਅਟੈਕ ਹੋਇਆ ਸੀਗਾ। ਤੇ ਹੁਣ ਜਿਹੜਾ ਕਿ ਉਹਨਾਂ ਨੇ ਹੁਣ ਬੀਜੇਪੀ ਵਾਲੇ ਦਫ਼ਤਰ ਦੇ ਉੱਪਰ ਕਹਿੰਦੇ ਵੀ ਸਾਡੇ ਚੰਦਰ ਬੱਗਾ ਦੇ ਉੱਪਰ ਤੁਸੀਂ ਕਾਰਵਾਈ ਕਿਵੇਂ ਕਰ ਸਕਦੇ, ਜਦਕਿ ਕਾਰਵਾਈ ਤਾਂ ਹੁਣ ਉਲਟ ਹੋ ਚੁੱਕੀ ਹੈ ਨਾ ਜੀ। ਬੱਗਾ ਸਾਹਿਬ ਤਾਂ ਪੰਜਾਬ ਪੁਲਿਸ ਤੋਂ ਖੋਲੇ ਗਏ ਆ, ਉਹ ਤਾਂ ਹਵਾਲੇ ਕਰਤੇ ਉਹਨਾਂ ਦੇ, ਤੇ ਹੁਣ ਤਾਂ ਗੱਲ ਹੈ ਨੀ। ਪਰ ਕਿਉਂਕਿ ਜ਼ਰੂਰੀ ਆ, ਹਾਈ ਵੋਲਟੇਜ ਡਰਾਮਾ ਚੱਲ ਰਿਹਾ ਇਹਦੇ ਵਿੱਚ, ਕਿਉਂ ਨਾ ਆਪਣਾ ਹੱਥ ਧੋ ਲਿਆ ਜਾਵੇ ਬੀਜੇਪੀ ਵਾਲੇ, ਏਦਾਂ ਸੋਚ ਰਿਹਾ ਮੇਰੇ ਖਿਆਲ ਚ। ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਇੱਕ ਹੈ, ਉਹ ਜਿਹੜਾ ਪਟਵਾਰ ਮਹਿਕਮਾ ਹੈ, ਸੋਸ਼ਲ ਨੈਟਵਰਕ ਮੀਡੀਆ ਤੇ ਪਟਵਾਰ ਮਹਿਕਮੇ ਦਾ ਜੋ ਇਸ ਵਕਤ ਹਾਲ ਹੈ ਨਾ, ਹਰ ਬੰਦਾ ਜਿਹਨੇ ਕਿਤੇ ਕੁੱਤੇ ਨੂੰ ਸੋਟੀ ਨਹੀਂ ਮਾਰੀ, ਜੇ ਟਾਈਪ ਕਰਨਾ ਆਉਂਦਾ ਤਾਂ ਆਪਾਂ ਆਪਣੀ ਗੁੱਬ ਗਲਾੜ ਜਿਹੜਾ ਉਹ ਕੱਢ ਰਿਹਾ ਉੱਤੇ, ਕਿਉਂਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿੱਸਿਆ ਜ਼ਰੂਰ ਹੋਵੇਗਾ। ਇਹ ਨਹੀਂ ਕਿ ਸਾਰੇ ਮਾੜੇ ਨੇ, ਹਾਂਜੀ ਸਾਰੇ ਚੰਗੇ ਵੀ ਨੀਗੇ, ਉਹਨਾਂ ਦੇ ਵਿੱਚ ਕੁਝ ਇਹੋ ਜਿਹੇ ਹੁੰਦੇ ਨੇ, ਮਤਲਬ ਇੱਕ ਖਰਬੂਜਾ ਤੁਹਾਨੂੰ ਪਤਾ ਖਰਾਬ ਹੋਵੇ ਤਾਂ ਫਿਰ ਵੇਲ ਦੀ ਵੇਲ ਹੀ ਖਰਾਬ ਹੋ ਜਾਂਦੀ ਹੈ। ਹੁਣ ਸਾਰਾ ਮਹਿਕਮਾ ਜਿਹੜਾ ਹੈ ਉਹ ਕਟਹਿਰੇ ਦੇ ਵਿੱਚ ਹੈ ਕਿ ਪਟਵਾਰੀਆਂ ਦੇ ਕੋਲੋਂ ਕੰਮ ਕਰਾਉਣਾ, ਤਹਿਸੀਲਦਾਰ ਦੇ ਕੰਮ ਕੋਲ ਕਰੋ ਕੰਮ ਕਰਾਉਣਾ, ਭਾਵੇਂ ਛੋਟੀ ਜਿਹੀ ਪ੍ਰੋਪਰਟੀ ਤੁਹਾਡੀ ਹੋਵੇ, ਬਿਨਾਂ ਦਿੱਤਿਆਂ ਨਹੀਂ ਸਰਦਾ, ਨਹੀਂ ਸਰਦਾ। ਵਸੀਕਾ ਤੁਹਾਡੇ ਕੰਨ ਹੀ ਇਸ ਤਰ੍ਹਾਂ ਭਰ ਛੱਡ ਜਾ ਰਿਹਾ, ਫੇਰ ਕੀ ਹੋਇਆ, 2-400-500 ਤੇਰਾ ਕੰਮ ਹੁੰਦਾ ਤੇ ਕਰਵਾਲਾ, ਹਨਾ ਹੁੰਦਾ ਨਾ ਕਿ ਨਹੀਂ ਹੁੰਦਾ, ਦੱਸੋ ਮੈਨੂੰ ਹੁੰਦਾ। ਉੱਥੇ ਫਾਈਲ ਨੂੰ ਪਈਏ ਲੱਗਦੇ ਹੀ ਲੱਗਦੇ ਆ, ਚਾਹੇ ਜਿੰਨਾ ਮਰਜ਼ੀ ਕੋ ਭਗਤ ਕਹਿ ਲਏ ਕਿ ਆਮ ਆਦਮੀ ਪਾਰਟੀ ਨੇ ਕਰਪਸ਼ਨ ਖਤਮ ਕਰਤੀ, ਜੇਕਰ ਆਮ ਆਦਮੀ ਪਾਰਟੀ ਕਰਪਸ਼ਨ ਖਤਮ ਕਰਦੇ ਮੈਂ ਸਾਰੀ ਉਮਰ ਗੁਲਾਮ ਦਾ ਪੜਾ ਪਵਾ ਲੂੰਗਾ ਉਹਦੇ ਕੋਲ। ਕਰਪਸ਼ਨ ਖਤਮ ਹੋ ਹੀ ਨਹੀਂ ਸਕਦੀ ਯਾਰ, ਕਿਸਦਾ ਖਤਮ ਹੋ ਜੂਗੀ, ਜੜਾਂ 'ਚ ਬੈਠੀ ਹੋਈ ਆ ਕਰਪਸ਼ਨ, ਕਰਵਾਉਣ ਵਾਲਿਆਂ ਦੇ ਵੀ, ਕੰਮ ਕਰਵਾਉਣ ਵਾਲਿਆਂ ਦੇ ਵੀ ਤੇ ਕੰਮ ਕਰਨ ਵਾਲਿਆਂ ਦੇ ਵੀ। ਕਰਵਾਉਣ ਵਾਲੇ ਨੂੰ ਇਹ ਹੁੰਦੀ ਆ ਕਿ ਜਲਦੀ ਜਲਦੀ ਮੇਰਾ ਕੰਮ ਹੋ ਜਾਏ, ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ, ਸਿੱਧੀ ਜੇ ਗੱਲ ਪੰਜਾਬੀ ਦੇ ਵਿੱਚ ਮੈਂ ਕਹਿ ਦਿੰਦਾ ਕਿ 20 ਲੱਖ ਦੀ ਜਾਇਦਾਦ ਆ, ਤੁਸੀਂ 10 ਲੱਖ ਦੀ ਰਜਿਸਟਰੀ ਕਰਾਉਣੀ, ਗਲਤ ਤੇ ਤੁਸੀਂ ਆਪ ਹੋ, ਗਲਤੀ ਹੋ ਨਾ ਤੁਸੀਂ, ਜੇ 20 ਲੱਖ ਦੀ ਪ੍ਰੋਪਰਟੀ 10 ਲੱਖ ਦੀ ਤੁਸੀਂ ਰਜਿਸਟਰੀ ਕਰਾਉਣੀ ਹੈ, ਗਲਤ ਅਸੀਂ ਆਪ, ਕਿਵੇਂ ਕਰਪਸ਼ਨ ਖਤਮ ਹੋ ਜੂਗੀ। ਤੇ ਕਰਨ ਵਾਲੇ ਨੇ ਪੈਸੇ ਲੈਣੇ ਵੀ, ਆ ਜਾ ਮੌਕਾ ਵੇਖਣ ਜਾਣਾ, ਜੇ ਮੌਕੇ ਤੇ ਚੱਲ ਜੇ ਆਸੇ ਪਾਸੇ ਵੇਖੋ 25 ਲੱਖ ਦੀ ਵੀ ਹੋ ਸਕਦੀ ਹੋ। ਜਦੋਂ ਅਸੀਂ ਇੱਕ ਉਂਗਲ ਦੂਜੇ ਵੱਲ ਕਰਾਂਗੇ, 4 ਉਂਗਲਾਂ ਸਾਡੇ ਵੱਲ ਆਉਣੀਆਂ। ਪਰ ਖੈਰ, ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਪਟਵਾਰੀਆਂ ਦੀ ਹੜਤਾਲ ਵਿਰੁੱਧ ਹੜਤਾਲ, ਸਤਨਾਮ ਦਾਊ ਤੇ ਡਾਕਟਰ ਮਜੀਦ ਆਜ਼ਾਦ ਨੇ ਐਲਾਨ ਕਰ ਦਿੱਤਾ ਹੈ, ਕੀ ਕਹਿਣਾ ਚਾਹੋ? ਇਹ ਚੱਲ ਰਿਹਾ ਨਾ ਚਾਵਲਾ ਸਾਹਿਬ, ਅਸਲ 'ਚ ਪਟਵਾਰੀ ਜਿਹੜੇ ਹੈਗੇ ਆ ਨਾ ਜੀ, ਆਪਣੇ ਸਾਥੀ ਪ੍ਰਧਾਨ ਦਾਦਾਰ ਸਿੰਘ ਨੂੰ ਉਹਦੇ ਖਿਲਾਫ਼ ਕੇਸ ਦਰਜ ਕੀਤੇ ਨੇ, ਕੇਸ ਵਾਪਸ ਕਰਾਉਣ ਵਾਸਤੇ ਸੰਘਰਸ਼ ਚੱਲ ਰਿਹਾ ਲਗਾਤਾਰ, ਤੁਹਾਨੂੰ ਪਤਾ ਹੀ ਆਪਾਂ ਚਰਚਾ ਕਰ ਰਹੇ ਹਾਂ ਇੱਥੇ। ਤੇ ਉਹਨਾਂ ਦੇ ਹੋਏ ਤੇ ਉਹਦੇ ਖਿਲਾਫ਼ ਵੈਸੇ ਕਾਫ਼ੀ ਪਟਵਾਰੀ ਦੇ ਕੋਲੋਂ ਕਾਫ਼ੀ ਕੁਛ ਮਿਲ ਵੀ ਚੁੱਕਿਆ, ਕਿ ਰਜਿਸਟਰੇਮੈਂਟ ਚੁੱਕੀਆਂ ਨੇ, 25 ਲੱਖ ਦੇ ਕਰੀਬ ਜਿਹੜਾ ਹੈਗਾ ਪੈਸੇ ਪਏ ਨੇ ਖਾਤੇ 'ਚ, ਹਾਲੇ ਹੋਰ ਲੱਖ ਖੋਲਣਾ ਹੈਗਾ, ਤੇ 1.7 ਕਰੋੜ ਰੁਪਏ ਦਾ ਵੈਸੇ ਵੀ ਸਮਾਨ ਸਮੂਹ ਮਿਲਿਆ ਉੱਥੇ, ਕਾਫ਼ੀ ਵੱਡਾ ਸਿਸਟਮ ਉਹਦਾ ਲੱਭ ਚੁੱਕਿਆ। ਪਰ ਹੁਣ ਜਿਹੜੀ ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਹੈਗੀ ਆ, ਉਹਦੇ ਪ੍ਰਧਾਨ ਦਾਊ ਸਾਹਿਬ ਨੇ, ਸਤਨਾਮ ਦਾਊ, ਜਨਰਲ ਸਕੱਤਰ ਮਜੀਦ ਆਜ਼ਾਦ ਹੈਗੇ ਆ ਜੀ, ਤੇ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਪਟਵਾਰੀਆਂ ਦੇ ਖਿਲਾਫ਼, ਉਹਨਾਂ ਦੀ ਹੜਤਾਲ ਦੇ ਖਿਲਾਫ਼ ਹੜਤਾਲ ਕਰਾਂਗੇ, ਕਿਉਂਕਿ
करप्शन की जड़ है माल विभाग के बंदे। वैसे चावला साहब होता ठीक है गल करप्शन की जड़ पटवारी घट नहीं है किसी ने बख्शते नहीं है भावे कोई बंदा भी चल जाए इन्होंने इन्हों का रेट तय आ भी करना। अच्छा गल वड्डी होर भी आ कि इन्हां यह बंदे आप कम सो घट करते हैं इन्होंने अपने काम करने वास्ते करिंदे रखे हुए ने पटवारी दफ्तर लाभ तक के मिलते इन्हों के करिंदा बैठा होंगे अगे तो कम करता तो उसे ने पैसे ले लेने तो करिंदे की तनखा भी कढ़नी है अपने पैसे भी नहीं बनाने तो वड्डे वड्डे गलत काम करने वास्ते क्या बात है। कानूगो तक पटवारी तक तुसीं देखो भी किन्ने पैसे ये हेठ लेंदे आ एक मामूली आ इंतकाल करना पै चढ़ाना पै जिहड़ा किन्ने पैसे ले लेंदे आ सच आ गल है। पर मैं कहना भी कुछ ना कुछ फिर भी इन्हां विचों इमानदार होणगे मैं उन्होंने ईमानदार कल भी किसी अज भी कहना भी ईमानदार बंदे नूं कट्ठे होकर सिर जोड़ के सारे पटवारी बटना चाहिए कि भाई साडे उत्ते बड़ा कलंक लग चुके असीं करप्शन का अड्डा बन बनाया सानूं क्या पंजाब चों क्यों ना सिर जोड़ के कट्ठे बैठीए ते गल करिए यार असीं अज तों बाद पैसे नहीं लैने किसी तों जो सरकारी फीस आ सी उही लवांगे पर मेरे ख्याल च उह नहीं बैठे ते पंजाब अगेंस्ट करप्शन वाले कट्ठे होए ने शायद इन्हां दा किते इक दूजे सामने सामने एक भेड़ ना हो जावे पंजाब सरकार नूं भी चुनौती होनी है मेरे ख्याल च। अगे लास्ट कॉल 30 सैकंड दा सवाल ते 1 मिनट दा जवाब। वेलकम जी चलो एज ए होस्ट मैं अपना एक छोटा जिहा एक्सपीरियंस साझा कर देना साडा भी काम सीगा रहण दिओ भाजी मैनू रहण दिओ मैं खरड़ जाके आया मेरा भी निका जिहा काम सीगा करवा के आया बस पहिए लगदे ही लगदे आ। हां जी किदा साहब लगदे ने पहिए तां इह तां सच है जी गल कोई बंदा कोई जिहड़े माड़े मोटे चलदी आ बचा लैंदा सिस्टम चंडीगढ़ रहन खैन तीन दिन किथे ओ कहिंदा भाई कुछ करो यार खेती कर दे। अच्छा चलो कोई नहीं अंदर आ जाओ फिर कर लेने गल वॉइस ऑफ सिटी कमाल है फोटो फोटो स्टेट भी करा के लिया दें बहुत बहुत शुक्रिया किदा साहब धन्यवाद शुक्रिया जी तुसी सुन रहे हो चावला न्यूज नेटवर्क टोरंटो CNN टोरंटो।